ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਫਿਲਹਾਲ ਜਿੱਦਾਂ ਕੱਲ ਦੇ ਵਲੌਗ 'ਚ ਪੈਂਚਰ ਲਵਾਉਣਾ ਸੀ ਸਾਈਕਲ ਨੂੰ ਤੇ ਨਹੀਂ ਲੱਗਾ ਤੇ ਰਹਿ ਗਿਆ ਉਹ ਕੰਮ, ਉਹ ਅੱਜ ਨਿਬੇੜਦੇ ਹਾਂ। ਉਸ ਤੋਂ ਇਲਾਵਾ ਨਾਲੇ ਅੱਜ ਮੈਂ ਦਵਾਈ ਲੈ ਕੇ ਆਉਣੀ ਹੈ ਕਿਉਂਕਿ ਜਿਹੜੀ ਮੈਂ ਦਵਾਈ ਲੈ ਕੇ ਆਇਆ ਸੀਗਾ ਉਹ ਅੱਜ ਖਤਮ ਹੋ ਗਈ ਹੈ। ਹੁਣ ਅੱਜ ਚੈੱਕ ਕਰਾਉਂਦੇ ਹਾਂ ਸਾਰਾ ਬੁਖਾਰ ਵਗੈਰਾ ਸਹੀ ਹੈ, ਕਿਉਂਕਿ ਮੈਨੂੰ ਤਾਂ ਬਿਲਕੁਲ ਸਹੀ ਲੱਗ ਰਿਹਾ, ਕੋਈ ਪ੍ਰੋਬਲਮ ਨਹੀਂ ਗੀ। ਪਰ ਮੈਂ ਕਿਹਾ ਚਲੋ ਫਿਰ ਵੀ ਚੈੱਕ ਕਰਾ ਲਈਏ ਵੀ ਚੈੱਕ ਕਰਾਉਣ 'ਚ ਕੀ ਜਾਂਦਾ, ਵਧੀਆ ਹੈ ਉਹ ਨਾ, ਨਾਲੇ ਫਿਰ ਬੁਖਾਰ ਕਈ ਜੇ ਥੋੜ੍ਹਾ ਮੋਟਾ ਵੀ ਹੋਇਆ ਤਾਂ ਪਤਾ ਲੱਗ ਜੂਗਾ, ਦਵਾਈ ਨਾਲ ਠੀਕ ਹੋ ਜੂ। ਠੀਕ ਹੈ, ਫਿਲਹਾਲ ਹੁਣ ਚੱਲਦੇ ਆਪਾਂ ਤਲਵਾੜੇ, ਨਾਲੇ ਆਪਾਂ ਟਾਇਰ ਚੱਕ ਲੈਂਦੇ ਸਾਈਕਲ ਦਾ, ਉਹਨੂੰ ਪੈਂਚਰ ਲਵਾਉਂਦੇ ਹਾਂ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ, ਨਿਕਲਦੇ ਹਾਂ ਇੱਥੋਂ। ਠੀਕ ਹੈ, ਤੇ ਦਵਾਈ ਲੈ ਕੇ ਫਿਰ ਮੁੜਦੇ ਹਾਂ, ਫਿਰ ਆਪਾਂ ਅੱਜ ਪ੍ਰੀਤ ਦਾ ਕੰਮ ਵੀ ਸ਼ੁਰੂ ਕਰਨਾ, ਉਸ ਤੋਂ ਇਲਾਵਾ ਹੋਰ ਵੀ ਇੱਕ ਦੋ ਵੀਡੀਓ ਸ਼ੂਟ ਕਰਨੀਆਂ ਨੇ, ਤੇ ਚਲੋ ਜੀ ਚੱਲੀਏ। 2000 years later ਲਓ ਜੀ, ਫਿਲਹਾਲ ਤੇ ਜਾ ਕੇ ਆਪਾਂ ਆ ਗਏ ਹਾਂ ਤਲਵਾੜਿਓਂ ਤੇ ਸਾਈਕਲ ਨੂੰ ਪੈਂਚਰ ਤੇ ਲਵਾ ਲਿਆ ਟਾਇਰ ਨੂੰ। ਤੇ ਸ਼ੂਟ ਨਹੀਂ ਮੈਂ ਕੀਤਾ ਕਿਉਂਕਿ ਬਾਰਿਸ਼ ਹੋਣ ਲੱਗ ਪਈ ਥੋੜ੍ਹੀ ਜਿਹੀ, ਤੇ ਇਸ ਕਰਕੇ ਮੈਂ ਤਾਂ ਉੱਥੋਂ ਖਿੱਚਾਂ ਮੋਟਰਸਾ, ਮੈਂ ਕਿਤੇ ਇੱਥੇ ਨਾ ਫਸੇ ਰਹਿ ਜੀ, ਜਿੰਨੀ ਤੇਜ਼ ਆ ਗਿਆ ਇਸ ਕਰਕੇ ਮੈਂ ਰਿਕਾਰਡਿੰਗ ਨਹੀਂ ਕੀਤੀ। ਆਪਾਂ ਸਾਈਕਲ ਜੋੜਦੇ ਹਾਂ ਆਪਣਾ, ਸਾਈਕਲ ਆਪਾਂ ਜੋੜ ਲਿਆ ਸੀਗਾ ਤੇ ਉਸ ਤੋਂ ਬਾਅਦ ਧੁੱਪ ਵਾਹਵਾ ਸੀ ਇਸ ਕਰਕੇ ਆਪਾਂ ਚਲਾਇਆ ਨਹੀਂ ਉਦੋਂ। ਮੈਂ ਕਿਹਾ ਚਲੋ ਠੰਡਾ ਹੋਊਗਾ ਫਿਰ ਸ਼ਾਮ ਨੂੰ ਚਲਾਵਾਂਗੇ। ਲਓ ਜੀ ਆ ਗਿਆ ਕਰੋ ਬਾਹਰ, ਤੇ ਇਹ ਮੇਰੇ ਤੋਂ ਪਹਿਲਾਂ ਖੋ ਕੇ ਭੱਜ ਗਿਆ ਸਾਈਕਲ। ਤੁਸੀਂ ਸਾਈਕਲ ਵੇਖੋ, ਪੱਲੇ ਕੱਖ ਨਹੀਂ ਛੱਡਿਆ, ਅਗਲੀ ਬ੍ਰੇਕ ਲੱਗਦੀ ਸਿਰਫ ਥੋੜ੍ਹੀ ਜਿਹੀ। ਆਖੋ ਡੰਡ ਲਾਈ ਇਹਨੇ ਪਹਿਲਾਂ, ਕਹਿੰਦਾ ਮੈਂ ਰੰਗ ਕਰਨਾ ਸਾਰੇ ਨੂੰ, ਤੇ ਰੰਗ ਰੁੰਗ ਲਾਉਂਦਾ ਰਿਹਾ। ਮੈਂ ਕਿਹਾ ਬਾਅਦ 'ਚੋਂ ਕਰਦਾ ਨਹੀਂ, ਫਿਲਹਾਲ ਮੈਂ ਟੈਸਟ ਡਰਾਈਵ ਕਰ ਲੈਂਦੇ, ਇੱਦਾਂ ਕਰ ਲਈ ਆਪਾਂ ਸੀਟ ਥੋੜ੍ਹੀ ਜਿਹੀ, ਅਤੇ ਸ਼ੇਮਪੀ ਦੀ ਡੱਡੀ ਹੁਣ ਚੱਲੂਗੀ। ਰੇਤਾ 'ਚ ਖਿਲਾਰਤਾ, ਮੈਂ ਲਾਹਦਾ ਅੱਜ, ਕਾਫੀ ਟਾਈਮ ਹੋ ਗਿਆ ਸਾਈਕਲ ਨਹੀਂ ਚਲਾਇਆ। ਆਹ ਸਾਈਕਲ 'ਤੇ ਵੈਸੇ ਵੀ ਕਾਫੀ ਟਾਈਮ ਹੋ ਗਿਆ, ਨਹੀਂ ਤਾਂ ਮੈਨੂੰ ਚੇਤਾ ਜਦੋਂ ਪਹਿਲੀ ਵਾਰੀ ਮੈਂ ਸਾਈਕਲ ਲੈ ਕੇ ਆਇਆ ਸੀ ਨਾ, ਪਹਿਲਾਂ ਵੱਧ ਗਏ ਸੀ, ਅਤੇ ਤੁਸੀਂ ਲਾਲ ਸਾਹਿਬ ਵੀ ਇੱਥੋਂ ਹੋਊਗਾ ਕੋਈ 15 ਕਿਲੋਮੀਟਰ, ਅਤੇ ਅੱਗੇ ਬਾਜ਼ਾਰ 5 ਕਿਲੋਮੀਟਰ ਲਾ ਲਓ, ਅਤੇ 20-25 ਕਿਲੋਮੀਟਰ ਸਾਈਕਲ ਮੈਂ ਚਾਹ ਚਾਹ 'ਚ ਹੀ ਚਲਾਤਾ ਸੀ। ਉੱਥੋਂ ਭਜਾਇਆ ਘਰ ਤੱਕ ਸਿੱਧਾ ਸਾਈਕਲ 'ਤੇ ਆਇਆ ਸੀ ਮੈਂ। ਸਾਈਕਲ ਤੋਂ ਜ਼ਿਆਦਾ ਮੇਰਾ ਮਾਸ ਘਿਲ ਜਾਂਦਾ। ਵਾਈਡ ਐਂਗਲ ਮੋਡ ਕੀਤਾ ਹੋਇਆ ਮੈਂ ਐਚ ਡੀ ਆਰ 'ਚ ਸ਼ੂਟ ਕਰਦਾ ਪਿਆ, ਕਿਉਂਕਿ ਐਚ ਡੀ ਆਰ 'ਚ ਇਹਦਾ ਵਾਈਡ ਐਂਗਲ ਬਹੁਤ ਵੱਧ ਜਾਂਦਾ, ਅਤੇ ਪਰ ਇੱਕ ਦਿੱਕਤ ਹੈ ਇਹਦਾ ਰੌਕ ਸਟੱਡੀ ਬੰਦ ਹੋ ਜਾਂਦਾ, ਯਾਨੀ ਕਿ ਜਿਹੜੀ ਸਟੇਬਲਾਈਜੇਸ਼ਨ ਹੈ ਉਹ ਬੰਦ ਹੋ ਜਾਂਦੀ ਹੈ ਇਸ ਮੋਡ 'ਚ, ਇਸ ਕਰਕੇ ਤੁਹਾਨੂੰ ਕੈਮਰੇ ਸ਼ੇਕ ਜ਼ਿਆਦਾ ਵੇਖਣ ਨੂੰ ਮਿਲਣਗੇ, ਇਹ ਪ੍ਰੋਬਲਮ ਹੈ ਇਹਦੇ ਵਿੱਚ। ਅਤੇ ਅੱਗੇ ਮੈਂ 2 ਵਾਰੀ ਡਿੱਗ ਚੁੱਕਿਆ, ਆਈ ਸਟੰਟ ਕਰਦਾ ਕਿਉਂਕਿ ਇਹਦੇ 'ਤੇ ਵਿਲੀ ਨਹੀਂ ਕਰ ਸਕਦੇ ਆਪਾਂ, ਕਿਉਂਕਿ ਵਿਲੀ ਤਾਂ ਇਹਦੇ 'ਚ ਇਹ ਦਿੱਕਤ ਹੈ ਵੀ ਜਿਹੜੀ ਹੁੰਦੇ ਗੇਅਰਾਂ ਵਾਲੇ ਸਾਈਕਲ ਹੁੰਦੇ ਵਿਲੀ ਸੌਖੀ ਹੋ ਜਾਂਦੀ, ਕਿਉਂਕਿ ਉਹਦੇ 'ਚ ਆਪਾਂ ਛੋਟਾ ਗੇਅਰ ਕਰ ਲੈਣਾ, ਪੈਡਲ ਜ਼ਿਆਦਾ ਮਾਰੀ ਦੇ ਸਾਈਕਲ ਹੌਲੀ ਅੱਗੇ ਵੱਧਦਾ। ਪਰ ਇਹਦੇ ਵਿੱਚ ਜਦੋਂ ਵਿਲੀ ਕਰਦੇ ਹਾਂ ਅਗਲਾ ਟਾਇਰ 'ਤੇ ਚੱਕ ਲੈਂਦੇ ਹਾਂ, ਪਰ ਜੋ ਪੈਡਲ 'ਤੇ ਜ਼ੋਰ ਦੇਈਦਾ, ਅਤੇ ਜਿਵੇਂ ਟਾਇਰ ਦੀ ਪਿਛਲੇ ਦੀ ਸਪੀਡ ਜ਼ਿਆਦਾ ਹੁੰਦੀ ਕਿਉਂਕਿ ਇਹਦੇ ਗੇਅਰ ਵੱਡੇ ਨੇ, ਅਤੇ ਉਹ ਇੱਕੋ ਦਮ ਵੀ ਥੱਲੋਂ ਟਾਇਰ ਅੱਗੇ ਨੂੰ ਨਿਕਲ ਜਾਂਦਾ ਪਿਛਲਾ ਟਾਇਰ ਆਪਦੇ ਉੱਤੇ। ਅੱਗੇ ਮੈਂ ਘਰੇ ਐਵੇਂ ਡਿੱਗਿਆ ਟੈਸਟਿੰਗ ਕਰਦਾ, ਫਿਰ ਮੈਂ ਸੋਚਿਆ ਨਹੀਂ ਦੁਬਾਰੇ ਨਹੀਂ ਇਹ ਪੰਗਾ, ਦੁਬਾਰੇ ਨਹੀਂ ਇਹ ਪੰਗਾ ਲੈਣਾ, ਹੁਣ ਆਹੀ ਦਿੱਕਤ ਹੈ। ਉਂਝ ਤਾਂ ਬੰਦਾ ਅੱਗੇ ਪੈਡਲ ਮਾਰ ਸਕਦਾ, ਪਰ ਨਹੀਂ, ਹੋਰ ਅੱਗੇ ਪੈਡਲ ਵੱਜਦੇ ਨਹੀਂ ਮੇਰੇ ਤੋਂ, ਤਾਂ ਥੋੜ੍ਹੀ ਪ੍ਰੈਕਟਿਸ ਹੈ ਫਿਰ ਤਾਂ ਹੋ ਜੂ ਸਭ ਕੁਛ, ਪਰ ਪ੍ਰੈਕਟਿਸ ਅਜੇ ਕੀਤੀ ਨਹੀਂ ਆਪਾਂ। ਮੈਨੂੰ ਲੱਗਦਾ ਜਿੰਨੇ ਚਿਰ ਪ੍ਰੈਕਟਿਸ ਹੋਣੀ ਉਹਨੇ ਚਿਰ ਇਹਦਾ ਚੱਕਾ ਹੀ ਨਹੀਂ ਰਹਿਣਾ ਪ੍ਰੈਕਟਿਸ ਜੋਗਾ, ਕਿਉਂਕਿ ਇਹਦੇ ਅਗਲੇ ਚੱਕੇ 'ਚ ਤਾਰਾਂ ਘੱਟ ਨੇ, ਪਿਛਲਾ ਥੋੜ੍ਹਾ ਹੈਵੀ ਹੈ। ਵੇਖੋ ਇੱਦਾਂ ਦਾ ਲੱਗਦਾ ਜੀ, ਸਭ ਕੁਛ ਲੰਡਾ ਹੁਣ ਓਕੇ ਆ, ਅਤੇ ਆਹ ਸੀਟ ਦੀ ਥੋੜ੍ਹੀ ਦਿੱਕਤ ਹੈ, ਝਟਕ ਪਿਛੋਂ ਐਂ ਹੋ ਜਾਂਦੀ, ਇਹਨੂੰ ਥੋੜ੍ਹਾ ਐਂ ਕਰਨਾ ਪੈਂਦਾ ਫਿਰ ਐਂ ਹੋ ਜਾਂਦੀ। ਬਾਕੀ ਵੇਖ ਲਓ ਤੁਸੀਂ ਸਾਡਾ ਮੋਡੀਫਾਈਡ ਬੁਲਟ ਬਿਨਾਂ ਇੰਜਨ ਤੋਂ। ਚੱਲ ਮੈਂ ਥੋੜ੍ਹੀ ਆਫ ਰੋਡਿੰਗ ਕਰਕੇ ਆਉਂਦਾ, ਹੁਣ ਆਪਾਂ ਚੱਲਦੇ ਹਾਂ ਵੱਟਾਂ ਵੱਟ। ਠੀਕ ਹੈ, ਤੁਹਾਨੂੰ ਮੈਂ ਨਾਲੇ ਬੈਲੈਂਸ ਚੈੱਕ ਕਰਾਉਂਦਾ ਮੇਰਾ, ਨਾਲੇ ਕਰਦੇ ਆਪਾਂ ਗੱਲਾਂ, ਅਤੇ ਗੱਲਾਂ ਤੋਂ ਯਾਦ ਆਇਆ ਕਮੈਂਟ ਬਹੁਤ ਆਏ ਹੈ ਅੱਜ ਵਾਲੇ ਵਲੋਗ 'ਤੇ ਵੀ, ਅੱਜ ਵਾਲੇ ਕਹਿੰਦਾ ਜਿਹੜਾ ਕੱਲ੍ਹ ਵਾਲਾ ਵਲੋਗ ਜਿਹੜਾ ਅੱਜ ਅਪਲੋਡ ਕੀਤਾ, ਟਰਾਈ ਕਰਦਾ ਜੇ ਆਹ ਵਲੋਗ ਨਾਲ ਲੰਮਾ ਜ਼ਿਆਦਾ ਹੋਇਆ ਫਿਰ ਆਪਾਂ ਐਂਡ 'ਚ ਕਰਾਂਗੇ ਉਹੀ ਕੁਸ਼ਚਨ ਵਾਲਾ ਕੰਮ, ਨਹੀਂ ਤਾਂ ਫਿਰ ਕੈਂਸਲ ਕਰਾਂਗੇ। ਠੀਕ ਹੈ, ਫਿਲਹਾਲ ਹੀ ਆਫ ਰੋਡਿੰਗ ਦਾ ਸਵਾਦ ਤਾਂ ਆਊਗਾ, ਪਰ ਦੰਦ ਭੱਜਣ ਦਾ ਸਵਾਦ ਵੀ ਆ ਸਕਦਾ।
ठीक है, तो इस करके ठीक है ओके। इतों आखो आ जिम्मे खुड खड पै जाते हैं जो उदो बन्ने रिड़ जाते, फिर इतों हूँ बन्ना रिड़ गया हूँ अपना जोड़ा है मसा ली बनी सी खराब हो गई है, दोबारे शुरू करना पैना इतों, बैलेंस नहीं सही चल रहा। एक बार सैकल तुर पे फिर कोई डर नहीं, पर जो तो शुरू शुरू ही तुरी देना वो तो बड़ा डर लगता जी। लो भी आ बन्ना तो करता बार, हूँ वारी नैक्सट की। ए भजाइए थोड़ा जहा करता काम उही जो तो मैं डरता ही, औखा ही है थोड़ा जहा बैलेंस अजे सीखना पैना, थोड़ा जहा हाथ अजे नवा नवा है ना, भी सैकल तो बहुत पुराना पर चला मैं नवा नवा दिया ना, इस करके थोड़ा जहा हाथ नहीं बैठा अजे, हाथ थोड़ा जहा बह जू फिर सैट हो जूगा। हूँ जहाँ जब आप सीट पर बह के जो चलाने उदो बैलेंस घट बनता है, पर जो आप खड़े होकर चलाने उदो बैलेंस बहुत वधिया बनता है। घरों गालां भी बहुत वधिया पैनियां वैसे मैनू वे किसे वट्टां ते भजाई फिरदा आपणा खुला वाहन है। कंप्यूटर लगा मैं स्लिप भी कढ़ाए थोड़े जे, हुण गोपी इत्थे है नहीं तां मैं उहनूं लै के आउणा, फिर तुहानूं इत्थे स्लिप विखाउणा मैं सैकल दे, ठीक है इह गल करो। हम तुम्हें नहीं पता लगता पर इत औखा ही है, इतने आ गई रेता वैसे तो चैन नवी पवाई आप सह चढ़ गया इन्नी नारी इन उत्ते चढ़ाइए चढ़ गया छिट हूँ उतो चढ़ना नहीं खाइए हो हरा जोर लवाता इन्हें अभी रेड़ी इतों पट्ठे लाके चढ़ता अपना मोटरसाइकिल मसा आप कितों चढ़ लाँगे डैडी वेखन दिया कि तमाशे कर लो जी जिम तो जाइना नहीं अगे तो आप इदा ही करना करना साइकिल दी ठीक है। ला 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 छोटा ही चला दुध पान डेरी च मैं तो स्लिप कटा मैं छोटे ने लिया रिकॉर्ड करूँगा वो उस किले थान चाहिए चल छेती आ जी मैं डीकदा इत रोज बंदा चला लेना कोई दो तीन किलोमीटर सैकल जिम जुम जाने की लड़ नहीं एवें तो चलावे गेयर वाला ना चलावे हूँ तो दो गेयर छोटे भी कर ली थे दो वे भी कहीं तो चाहता स्वाद एवं ऑफ रोडिंग कर आप करिए हूँ वैसे तो पानी पीने वाला है क्योंकि डायरैक्ट घरों आया अपने पाइपलाइन पई हुई है पर नहीं सा चढ़ा पानी नहीं पीना वो वेखो उत्थे लगी मशीन अपने बन रही नवी सड़क तो जो केंद्र हो तो विखा मैं तुम्हें अच्छा कहन दे चलीए फिर चलो उंज मैं जाना नहीं पर तुसी कह रहे हो तो आप चलते वेख के हम क्या सड़क का काम चल रहा पहला एक साइड की बनाती है ना पूरी तो हूँ दूजी साइड ट्रक वेखो ट्रक ये लुक होंगी पिछे मशीन है वो पाई होंगी सड़क बाकी तुम्हें पता ही है सड़क किमें बनती है फिर दसन की लड़ नहीं तो चलते हम घर इतने रुकन का फायदा नहीं होना तो जो तुम कहोगे नैक्सट तो आप आने वाले ब्लॉग च होर आप वीडियो तुम फुटेज विखा देंगे क्योंकि अजे तो कितने चलना नहीं इत ही है मैं भी शाम तक महा वो उतों तक फड़ूगा तो फिर तुम सवेरे विखा देव ठीक है। तो तुम मैं दस्यो जरूर इदा का ब्लॉग तुम वधिया लगा कि नहीं सैकल दे अपनी राइडिंग या कुछ भी इदा का ठीक है क्योंकि आप ट्राई कर रहे हैं अपने मॉडलों तो हट के कुछ डेली ब्लॉग हूँ आ ही कुछ हैगा
क्योंकि डेली मैं मॉडल भी नहीं बना के विखा सकता तुहानू, ते उन्हां दी वीडियो दूजे चैनल ते हुंदी ही रहनी है। ते चाचू जान आ के दुद्ध आ गया, चाचू कहिंदा इहने कड़ा मास्क लाया करोना तों बचण लई। ते सूरज भी लगभग डुबण वाला, आपां रील भी शूट करनी है जे इंस्टाग्राम लई, ते ओह भी करदे हुणे शूट। ਸਾਈਕਲ ਨੂੰ ਵੀ ਕਰਾਂਗੇ ਮੋਡੀਫਾਈ, ਅਜੇ ਮੋਡੀਫਾਈ ਮੀਨਸ ਇਹਨੂੰ ਰੰਗ ਰੁੰਗ ਕਰਨਾ। ਅਤੇ ਗੋਪੀ ਕਹਿੰਦਾ ਸੀ ਮੈਂ ਇਹਦੇ ਵੀਲ ਵੀ ਬਣਾਉਣੇ ਆ, ਵੀਲ ਮਤਲਬ ਵੀ ਉਹ ਗੱਤੇ ਜੇ ਨਾਲ ਚੱਕਿਆਂ ਵਾਸਤੇ, ਅਤੇ ਕਹਿੰਦਾ ਰੰਗ ਵੀ ਰੁੰਗ ਵੀ ਕਰਨਾ ਮੈਂ। ਮੈਂ ਕਿਹਾ ਕਰੀ ਜਾਈ ਭਰਾਵਾ ਜੋ ਮਰਜ਼ੀ। ਉਹਨੂੰ ਕਹਿੰਦਾ ਮੋਟਰਸਾਈਕਲ ਘਰੇ ਖਿਲਾਰ ਕੇ ਆ, ਛੇਤੀ ਖਿਲਾਰ ਕੇ ਆ, ਸਿੱਧਾ ਉੱਥੇ ਆ ਜੀ। ਆਪਾਂ ਚੱਲਦੇ ਹਾਂ ਸਿੱਧਾ ਆਪਣੀ ਲੋਕੇਸ਼ਨ 'ਤੇ। ਏਡਾਂ ਬੱਕਰੀਆਂ, ਪੇਡਾਂ ਤਾਂ ਮਿਲ ਗਈਆਂ ਨੇ, ਆਪਾਂ ਸਨੈਪਚੈਟ ਪਾ ਲਈਏ ਹੈ ਨਾ, ਕਾਫੀ ਟਾਈਮ ਦੀ ਨਹੀਂ ਪਾਈ। ਨਹੀਂ ਐਂ ਬਣਿਆ ਸਿੱਧੀ ਸਨੈਪਚੈਟ ਹੋ ਗਈ, ਸਨੈਪਚੈਟ ਦਿੱਤੀ ਪਾ, ਉੱਧਰੋਂ ਆ ਵੀ ਆ ਗਿਆ। ਅਤੇ ਹੁਣ ਵੇਹਨੇ ਆਪਾਂ ਇੱਥੋਂ ਮਿੱਟੀ ਅਤੇ ਰੇਤਾ ਦੇ ਵਿੱਚੋਂ, ਰੇਤਾ ਕਹਿੰਦਾ ਗਾਰਾ ਏ, ਇਹਦੇ ਵਿੱਚੋਂ ਤੁਹਾਨੂੰ ਮੈਂ ਸਲੋ ਮੋਸ਼ਨ ਕਰਕੇ ਸਾਈਕਲ ਟਪਾ ਕੇ ਵਿਖਾਉਂਦਾ ਨਾਲੇ, ਅਤੇ ਨਾਲੇ ਕੁਛ ਥੰਬਨੇ ਵਾਸਤੇ ਫੋਟੋਆਂ ਵੀ ਖਿੱਚ ਲਾਂਗੇ ਆਪਾਂ। ਤੁਸੀਂ ਅੰਕਲ ਦੀ ਸੀ ਤੁਸੀਂ ਕਰੀ ਜਾ ਚੰਗੀ ਤਰ੍ਹਾਂ, ਪੈਂਡਲ ਤੇ ਕਰ ਹੀ ਦਿੱਤਾ ਚੱਲ। ਓਏ ਤੈਨੂੰ ਕਿਹਾ ਇੱਧਰਲੇ ਪੈਂਡਲ ਤੇ ਨਾ ਜ਼ੋਰ ਲਾ, ਉੱਧਰਲੇ ਤੇ ਲਾਇਆ ਕਰਖਾਂ ਯਾਰ, ਗਰਾਰੀ ਵਾਲੇ ਤੇ ਲਾਈਦਾ ਐਟਮ, ਕਿਹੜਾ ਉਹ ਵਿੰਗਾ ਹੁੰਦਾ ਹੁੰਦਾ ਐਟਮ, ਨਹੀਂ ਟੇਡਾ ਉੱਧਰੋਂ ਹੀ ਲਾ ਜ਼ੋਰ। ਵਾਹ ਸ਼ਾਬਾਸ਼ ਤੇਰੇ। ਓਏ 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 ਆ ਇਹਦਾ ਹੋ ਜੂ ਕੰਮ ਨਾਚ ਕਾ, ਅਗਲਾ ਇੰਨਾ ਚ ਅੱਗਾਂ ਤੁਰ ਜਾਂਦਾ ਉਹ ਚੱਕਾ ਜਿਹਾ, ਵੇਖ ਇਹਦੇ ਜਾ ਕੇ ਸੱਚੀ। ਓਏ ਇੰਨਾ ਅੱਗੇ ਤੁਰ ਜਾਂਦਾ, ਤੂੰ ਇਹਦਾ ਕੰਮ ਕਰੇਗਾ ਮੈਨੂੰ ਲੱਗਣ ਦਿਆ। ਚੱਲ ਹਾਂ ਜ਼ਿਆਦਾ ਜ਼ੋਰ ਨਾ ਦਿਆ ਕਰ ਅੱਗੇ ਚੱਕੇ 'ਤੇ। ਆਹ ਵੇਖ ਲਓ ਸਾਡੇ ਆਰਟਿਸਟ ਵੇਖ ਲਓ, ਮੈਂ ਜਿੱਥੇ ਵੀ ਨਾਲੇ ਫੋਟੋ ਨਹੀਂ ਖਿੱਚੀ ਜਾਂਦੀ ਨਾਲੇ ਟੰਗ ਦੀ। ਚਲੋ ਫਿਰ ਵੀ ਕੁਛ ਫੋਟੋਆਂ ਮਿਲ ਗਈਆਂ ਮੈਨੂੰ, ਟਰਾਈ ਕਰਾਂਗਾ ਮੈਂ, ਕੰਮ ਚਲਾਓ ਪਾਸੇ ਹੋ ਜਾ, ਥੱਲੇ ਉਤਰ ਨਿਕਲ ਜਾ, ਜਿਹੜਾ ਕੰਮ ਕਰਨ ਨਾਲ ਕਰ ਜਾ ਨਿਕਲ ਪਾ ਜਾ। ਧੋ ਕੇ ਨਾ ਇਹਨੂੰ ਮੈਂ ਸਰਵਿਸ ਨਾ ਕਰਾ ਕੇ ਲਿਆਵਾਂ, ਧੋ ਕੇ ਵਾਰ ਮੈਂ ਕਰੇ ਪੱਲੇ ਕੀ ਇਹਦੇ। ਹਲੋ ਜੀ ਇੱਥੋਂ ਹੁਣ ਕੱਢੀਏ ਕੋਈ ਸਾਈਕਲ, ਆਪਾਂ ਚੱਲਦੇ ਪੱਕੀ ਸੜਕ 'ਤੇ। ਹੁਣ ਪੜ੍ਹਦੇ ਆਪਾਂ ਕਮੈਂਟ, ਅਤੇ ਨੰਬਰ 1 'ਤੇ ਪਹਿਲਾਂ ਕਮੈਂਟ ਕੀਤਾ ਹੈ ਲਵਲੀ ਕੰਬੋਜ ਬਾਈ ਨੇ ਲਿਖਿਆ ਹੋਇਆ, ਇੱਕ ਪਾ ਕੇ ਪਿੱਛੇ ਲਿਖਿਆ ਕਮੈਂਟ, ਯਾਨੀ ਕਿ ਪਹਿਲਾ ਕਮੈਂਟ, ਹਾਂ ਬਾਈ ਦਾ ਪਹਿਲਾ ਕਮੈਂਟ ਹੈ। ਉਸ ਤੋਂ ਬਾਅਦ ਨੈਕਸਟ ਕਮੈਂਟ ਕੀਤਾ ਸਾਮਿਰ ਖਾਨ ਨੇ, ਇੱਦਾਂ ਇੱਦਾਂ ਗੁੱਡੇ ਬਣਾਏ ਹੋਏ, ਹੁਣ ਮੈਂ ਹੱਥ ਚੜ੍ਹ ਕੇ ਤੁਹਾਨੂੰ ਇੱਦਾਂ 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 ਬੈਸਟ ਆਫ ਲੱਕ ਵਾਲੇ 4-5 ਬਣਾਏ ਹੋਏ ਨੇ। ਅਤੇ ਉਸ ਤੋਂ ਬਾਅਦ ਨੈਕਸਟ ਕਮੈਂਟ ਕੀਤਾ 3 ਨੰਬਰ 'ਤੇ ਸੁਪਰ ਗੇਮਿੰਗ, ਅਤੇ ਬਾਈ ਨੇ ਲਿਖਿਆ ਪਲੀਜ਼ ਸ਼ਾਊਟ ਆਊਟ ਬਰੋ ਓਨ ਨੈਕਸਟ ਵੀਡੀਓ ਪਲੀਜ਼, ਅਤੇ ਸ਼ਾਊਟ ਆਊਟ ਸੁਪਰ ਗੇਮਿੰਗ। ਅਤੇ ਅੱਗੋਂ ਸੁਪਰ ਬਾਪੂ ਜੀ ਆ ਰਹੇ ਨੇ,
प्रभ मॉडल मेकर बाई ने लिखा हुआ सैकेंड कमेंट, पर सैकेंड नहीं सगा कमेंट से चौथे पंजवें नंबर पर पहुँचे, पर फिर भी चलो हिसाब ना पहला टॉप तो किया। प्रॉब्लम यह होंगी है कि सारे आपके हिसाब न कमेंट तो पहली बार करते हैं, उन्होंने पहले कोई कमेंट नहीं गा, पर एको टाइम से जो 10 या 15 लोग वीडियो वेखेंगे कमेंट करेंगे फिर पता नहीं लगता किंदा कमेंट पहला आता है। ठीक है, पर वाईटी स्टूडियो मेरे उस हिसाब नाल कमेंट आते हैं कि पहला है किंदा उस तो बाद है। ठीक है, उस तो अलावा कमेंट होर बहुत ज़्यादा ने, बड़े कमेंट ने भरे पे ने, इन्ने ज़्यादा कवर नहीं कर सकते आप, तो अगे ट्राई करा आने वाली वीडियो क्योंकि अज्ज का ब्लॉग काफ़ी लंबा हो गया। नाल अज्ज का आप ब्लॉग इतने करते हैं एंड, तो वीडियो वेखने लिए बहुत बहुत धन्यवाद जी सारे वीरां दा, तो जो ब्लॉग चंगा लगा तो लाइक शेयर कमेंट जरूर करो, तो आने वाले टाइम आप वधिया व्लॉग लियावांगे। हाँ हुण तुसीं भी समझ सकते हो लॉकडाउन करके घर वड़ के बैठे हैं, होर कोई ऑप्शन है नहीं व्लॉग बनाउण दा, ट्रैक्टर मॉडलों रिलेटेड भी बोर हो गए बना बना के, इस करके मैं सोचा चलो कुछ नवा करते हैं, इस करके आप सैकल लंडा करता। देख के बाय टाटा रब राखा, करोना तो बचे रहो, तो खांसी जुकाम तो ही, तो मैं भी हुण चलना वापस घर। ओके बाय टाटा।